ਸਤਿ ਸ਼੍ਰੀ ਅਕਾਲ, ਮੈਂ ਬੈਰੀਆਟ੍ਰਿਕ ਕੋਆਰਡੀਨੇਟਰ ਜੰਮੂ ਹਸਪੀਟਲ ਜਲੰਧਰ ਤੋਂ। ਅੱਜ ਸਾਡੇ ਨਾਲ ਸਾਡੇ ਪੇਸ਼ੈਂਟ ਹੈ ਮਿਸਿਸ ਸੁਰਿੰਦਰਾ ਰਾਣੀ, ਜਿਨ੍ਹਾਂ ਨੇ ਸਰ ਤੋਂ 5 ਸਾਲ ਪਹਿਲਾਂ ਮਿਨੀ ਗੈਸਟ੍ਰਿਕ ਬਾਈਪਾਸ ਸਰਜਰੀ ਕਰਾਈ ਸੀਗੀ। ਅੱਜ ਅਸੀਂ ਇਹਨਾਂ ਦਾ ਐਕਸਪੀਰੀਅੰਸ ਸ਼ੇਅਰ ਕਰਦੇ ਹਾਂ, ਉਹਨਾਂ ਦੇ ਨਾਲ ਨਾਲ ਬੇਟਾ ਵੀ ਹੈਗਾ। ਸਤਿ ਸ਼੍ਰੀ ਅਕਾਲ ਆਂਟੀ ਜੀ। ਹਾਂਜੀ, ਨਮਸਤੇ। ਕੀ ਹਾਲ ਚਾਲ ਹੈ ਤੁਹਾਡਾ? ਠੀਕ ਹੈ। ਤੁਸੀਂ ਸਭ ਤੋਂ ਪਹਿਲਾਂ ਦੱਸੋ ਤੁਹਾਡੀ ਉਮਰ ਕਿੰਨੀ ਹੈਗੀ ਹੈ? ਹਾਂਜੀ, ਤੁਸੀਂ ਕਿੱਥੇ ਰਹਿੰਦੇ ਹੋ? ਅਸੀਂ ਹੁਸ਼ਿਆਰਪੁਰ। ਅੱਛਾ ਜੀ, ਤੁਸੀਂ ਸਰ ਤੋਂ 5 ਸਾਲ ਪਹਿਲਾਂ ਮਿਨੀ ਗੈਸਟ੍ਰਿਕ ਬਾਈਪਾਸ ਸਰਜਰੀ ਕਰਾਈ ਸੀਗੀ ਮੋਟਾਪੇ ਦੀ। ਤੁਹਾਡਾ ਕਿੰਨਾ ਭਾਰ ਸੀਗਾ ਉਸ ਟਾਈਮ? ਉਸ ਟਾਈਮ 132 ਕਿਲੋ ਸੀ। ਅੱਛਾ ਜੀ, ਤੇ ਅੱਜ ਕਿੰਨਾ ਹੈਗਾ? ਹੁਣ 85 ਕਿਲੋ ਹੈਗਾ। ਤੁਸੀਂ ਆਲਮੋਸਟ 47 ਕੇਜੀ ਤੱਕ ਭਾਰ ਘਟਾ ਲਿਆ, ਕਿੱਦਾਂ ਦਾ ਮਹਿਸੂਸ ਹੋ ਰਿਹਾ ਇੰਨਾ ਭਾਰ ਘਟਾਉਣ ਨਾਲ? ਵਧੀਆ ਰਿਹਾ, ਹਲਕਾ ਹਲਕਾ ਆਉਂਦਾ, ਪਹਿਲਾਂ ਤਾਂ ਤੁਰਿਆ ਨਾ ਸੀ ਜਾਂਦਾ। ਅੱਛਾ ਜੀ, ਹੁਣ ਤਾਂ ਤੁਰ ਨਹੀਂ ਆਉਂਦਾ। ਕੀ ਦਿੱਕਤਾਂ ਸੀਗੀਆਂ ਤੁਹਾਨੂੰ ਮੋਟਾਪੇ ਦੇ ਨਾਲ ਨਾਲ ਜਿਹੜਾ ਤੁਸੀਂ ਆਪਰੇਸ਼ਨ ਕਰਾਉਣ ਦਾ ਡਿਸੀਜਨ ਲਿਆ? ਸਹੀ ਤੁਰ ਨਾ ਸੌਂਦਾ। ਜਦੋਂ ਪਹਿਲਾਂ ਸੀ ਕੋਈ ਮੈਡੀਸਨ ਆਈ ਬਹੁਤ ਸੀਗੀਆਂ ਇਹਨਾਂ ਦੀਆਂ, ਸ਼ੂਗਰ ਦੀਆਂ ਬੇਸਿਕਲ, ਸ਼ੂਗਰ ਤੇ ਫੋਕਸ ਸੀ ਇਹਨਾਂ ਦਾ ਜ਼ਿਆਦਾ, 200 ਤੋਂ ਉੱਪਰ ਹੀ ਰਹਿਣੀ। ਤੇ ਉਹ ਸਰਜਰੀ ਕਰਾਉਣ ਤੋਂ ਬਾਅਦ ਸਾਡੀ ਸ਼ੂਗਰ ਦੀ ਮੈਡੀਸਨ ਬਿਲਕੁਲ ਹੀ ਬੰਦ ਹੋ ਗਈ ਹੈ। ਤੇ ਉਸ ਤੋਂ ਬਾਅਦ ਗੋਡੇ ਵਗੈਰਾ ਦੀ ਦਿੱਕਤ ਸੀ, ਜਿਹਦੇ ਕੋਲ ਜਾਓ ਡਾਕਟਰ ਕੋਲ ਹੀ ਕਹਿੰਦਾ ਸੀ ਕਿ ਆਪਰੇਸ਼ਨ ਹੀ ਹੋਏਗਾ ਗੋਡਿਆਂ ਦਾ, ਤੇ ਅੱਜ ਨੂੰ ਉਹ ਵੀ ਆਪਰੇਸ਼ਨ ਕਰਾਉਣ ਦੀ ਕੋਈ ਲੋੜ ਨਹੀਂ ਪਈ ਸਾਨੂੰ। ਆਪਣੇ ਆਪ ਚੱਲਦੇ ਆ, ਜਾਨਕਿ ਜਿਹੜੀਆਂ ਕਿਤੇ ਦਿਨ ਦੇ ਵਿੱਚ ਸਮਝ ਲਓ ਤੁਸੀਂ 10-15 ਮੈਡੀਸਨ ਲੈਂਦੇ ਸੀ, ਉਹ ਹੁਣ ਹਾਫ ਹੋ ਗਈਆਂ ਇਹਨਾਂ ਦੀ। ਬਟ ਸਾਰੇ ਲੋਕੀ ਡਰਦੇ ਹੋ ਆਪਰੇਸ਼ਨ ਦੇ ਬਾਰੇ, ਲੱਗਦਾ ਐਨਰਜੀ ਲੈਵਲ ਬਿਲਕੁਲ ਲੋ ਹੋ ਜਾਂਦੇ, ਤੁਹਾਨੂੰ ਕੀ ਲੱਗਦਾ ਆਂਟੀ ਐਕਟਿਵ ਹੋਏ ਕਿ ਪਹਿਲੇ ਤੋਂ ਜ਼ਿਆਦਾ ਇਹਨਾਂ ਦੀ ਕੈਪੈਸਿਟੀ ਘਟੀ ਹੈ? ਨਾਲੋਂ ਤਾਂ ਇਹਨਾਂ ਦਾ ਬਹੁਤ ਜ਼ਿਆਦਾ ਫਰਕ ਹੈ, ਐਕਟਿਵ ਹੀ ਹੈਗੇ ਆ ਕਿ ਇਹਦਾ ਐਨਰਜੀ ਲੈਵਲ ਇਹਨਾਂ ਦਾ ਕੋਈ ਕੰਮ ਨਹੀਂ ਹੋਇਆ ਸੀਗਾ ਸਰਜਰੀ ਪਾਸੇ, ਕਿ ਵੈਸੇ ਹੀ ਹੈ, ਚਲੋ ਆਪਣੇ ਡਾਊਟ ਹੁੰਦਾ ਮਨ ਦੇ ਵਿੱਚ, ਪਰ ਨਹੀਂ ਸਾਨੂੰ ਤਾਂ ਫਿਲਹਾਲ ਇੱਦਾਂ ਦੀ ਕੋਈ ਪ੍ਰੋਬਲਮ ਨਹੀਂ ਆਈ। ਤੁਹਾਨੂੰ ਲੱਗਦਾ 5 ਸਾਲ ਬਾਅਦ ਇਹਨਾਂ ਦੇ ਵਿੱਚ ਇੱਕ ਨਿਊ ਲਾਈਫ ਆਈ ਹੈ, ਇਹਨਾਂ ਨੂੰ ਪਹਿਲੇ ਤੋਂ ਜ਼ਿਆਦਾ ਬੈਟਰ ਲੱਗ ਰਿਹਾ? ਹਾਂ, ਇਹ ਤਾਂ ਹੈ, ਇਸ ਚੀਜ਼ ਦਾ ਹੈ ਕਿ ਪਹਿਲੇ ਨਾਲੋਂ ਕਾਫੀ ਹੈ। ਕੋਈ ਜਿੱਦਾਂ ਜਾਣਾ ਕਿਤੇ ਵੀ ਜਾਣਾ ਨਹੀਂ ਜਾ ਹੁੰਦਾ ਸੀ ਇਹਨਾਂ ਤੇ, ਮੇਨ ਸਾਹ ਚੜ ਜਾਂਦਾ ਸੀ, ਹੁਣ ਚਲੋ ਹੈ ਕਿ ਜਾਂਦੇ ਆ ਘੁੰਮਦੇ ਫਿਰਦੇ ਆ, ਤੇ ਲਾਈਫ ਕਾਫੀ ਚੇਂਜਸ ਹੋਏ ਇਹਨਾਂ ਦੇ। ਖਾਣ ਪੀਣ ਸਾਡੇ ਜੀ ਲੈ ਰਹੇ ਤੁਸੀਂ ਨਾਰਮਲੀ ਸਾਰਾ ਕੁਝ, ਕੋਈ ਦਿੱਕਤ ਤਾਂ ਨਹੀਂ ਆਉਂਦੀ ਤੁਹਾਨੂੰ ਖਾਣ ਪੀਣ ਚ? ਪਹਿਲਾਂ ਸੀ ਜਿਹਨੂੰ ਇਸ ਮੋਟਾਪੇ ਦੀ ਪ੍ਰੋਬਲਮ ਹੈ, ਉਹ ਜੰਮੂ ਹਸਪੀਟਲ ਜਾਵੇ ਤੇ ਆਪਣਾ ਆ ਕੇ ਇੱਥੇ ਟ੍ਰੀਟਮੈਂਟ ਕਰਾਵੇ, ਬਹੁਤ ਹੀ ਵਧੀਆ ਟ੍ਰੀਟਮੈਂਟ ਮਿਲਦਾ ਨੇ ਇੱਥੇ, ਕੋਈ ਇਹਦੇ ਨਾਲ ਪ੍ਰੋਬਲਮ ਨਹੀਂ ਹੈਗੀ ਇੰਨੀ, ਸਿਰਫ ਇੱਕ ਡਾਊਟ ਹੈ, ਉਹ ਡਾਊਟ ਆ ਕੇ ਆਪਣਾ ਕੱਢਣ ਤੇ ਸਰਜਰੀ ਕਰਾਉਣ ਤੇ ਨਿਊ ਲਾਈਫ ਆਪਣੀ ਇੰਜੋਏ ਕਰਨ। ਤੁਹਾਡਾ ਜੰਮੂ ਹਸਪੀਟਲ ਨਾਲ ਇੱਥੇ ਸਟਾਫ ਨਾਲ ਐਕਸਪੀਰੀਅੰਸ ਕਿੱਦਾਂ ਰਿਹਾ? ਤਾਂ ਕੋਈ ਪ੍ਰੋਬਲਮ ਤਾਂ ਨਹੀਂ ਆਈ ਆਪਰੇਸ਼ਨ ਡਿਊਰੇਸ਼ਨ ਚ ਬਾਅਦ ਵਿੱਚ ਕਦੀ ਕੰਟੈਕਟ ਕਰਨ ਲਈ? ਸਾਨੂੰ 5 ਸਾਲ ਹੋ ਗਏ ਆਉਂਦਿਆਂ ਨੂੰ, ਆਜ ਤੱਕ ਲੱਗਿਆ ਨਹੀਂ ਕੋਈ ਓਪਰੇ ਆ। ਤੁਸੀਂ ਜਿੱਦਾਂ ਕੋਈ ਗਾਈਡ ਸਾਰੀ ਵਧੀਆ ਹੀ ਕਰਦੇ ਹੋ ਤੁਸੀਂ, ਨਹੀਂ ਕੋਈ ਇੱਦਾਂ ਦਿੱਕਤ ਨਹੀਂ ਹੈ ਸਟਾਫ ਵੱਲੋਂ? ਬੜੇ ਸਾਰੇ ਲੋਕੀ ਜਾਂਦੇ ਆ ਆਪਰੇਸ਼ਨ ਤੋਂ ਪਹਿਲਾਂ, ਜਿਨ੍ਹਾਂ ਨੇ ਆਪਰੇਸ਼ਨ ਕਰਾਇਆ ਸੀ, ਇੱਕ ਵਾਰੀ ਉਹਨਾਂ ਦਾ ਐਕਸਪੀਰੀਅੰਸ ਸ਼ੇਅਰ ਕਰ ਲਈਏ। ਅਗਰ ਤੁਹਾਡੇ ਏਰੀਆ ਦਾ ਕੋਈ ਬੰਦਾ ਤੁਹਾਨੂੰ ਕੰਟੈਕਟ ਕਰਨਾ ਚਾਹੇ ਤਾਂ ਫੋਨ ਕਰ ਸਕਦੇ ਆ? ਬਿਲਕੁਲ ਬਿਲਕੁਲ, ਤੁਸੀਂ ਆਪਣਾ ਕੰਟੈਕਟ ਨੰਬਰ ਦੱਸ ਦੋਗੇ ਇੱਕ ਵਾਰੀ? ਹਾਂਜੀ, ਸਾਡਾ ਕੰਟੈਕਟ ਨੰਬਰ ਹੈ 9041331386, ਇੱਥੇ ਤੁਸੀਂ ਕੰਟੈਕਟ ਕਰਕੇ ਪੁੱਛ ਸਕਦੇ ਹੋ ਕਿ ਕਿੱਦਾਂ ਸਾਨੂੰ ਰਿਜ਼ਲਟ ਮਿਲੇ ਆ, ਤੇ ਅਸੀਂ ਦੱਸ ਦੇਵਾਂਗੇ ਤੁਹਾਨੂੰ। ਠੀਕ ਹੈ ਜੀ ਆਂਟੀ, ਜਦੋਂ ਤੁਹਾਡੇ ਤੋਂ ਪਹਿਲੇ ਬਿਲਕੁਲ ਵੀ ਨਹੀਂ ਚੱਲਿਆ ਜਾਂਦਾ ਸੀਗਾ, ਤੁਸੀਂ ਬਿਲਕੁਲ ਠੀਕ ਠਾਕ ਚੱਲਦੇ? ਉੱਠ ਕੇ ਚੱਲ ਲੈਂਦੇ? ਚੱਲ ਕੇ ਦੱਸੋ ਨਾ ਥੋੜਾ ਜਿਹਾ ਸਾਨੂੰ। ਤੁਹਾਨੂੰ ਲੱਗਦਾ ਕਿ ਤੁਹਾਡੀ ਇੱਕ ਨਵੀਂ ਲਾਈਫ ਹੈ? ਠੀਕ ਹੈ, ਥੈਂਕ ਯੂ ਸੋ ਮਚ ਤੁਹਾਡਾ ਐਕਸਪੀਰੀਅੰਸ